ਅਸਲਾਮ ਵਾਲੇਕੁਮ। ਦੇਖ ਸਕਦੇ ਕਿ ਮੈਂ ਵਾਲ ਛੋਟੇ ਕਰਵਾਏ ਹੋਏ ਆ ਅਤੇ ਜੈਕਟ ਵੀ ਪਾਈ ਹੋਈ ਹੈ ਕਿਉਂਕਿ ਸਰਦੀਆਂ ਆ ਗਈਆਂ ਵਾ ਅਤੇ ਮੈਂ ਅੱਜ ਜਾ ਰਿਹਾ ਵਾਂ ਸ਼ਹਿਰ ਪਾਰਸਲ ਲੈਣ ਵਾਸਤੇ ਅਤੇ ਹੁਣ ਤਾਂ ਤੁਸੀਂ ਵਾਲ ਦੇਖ ਲਓ ਜਿਹੜੇ ਮੈਂ ਕੱਲ੍ਹ ਕਟਾਏ ਆ। ਅਸਲਾਮ ਵਾਲੇਕੁਮ। ਇਮਾਨ ਭਾਈ ਦੀ ਦੁਕਾਨ 'ਤੇ ਮੈਂ ਵਾਲ ਕਟਾ ਲਏ ਆ ਅਤੇ ਦੁਕਾਨ 'ਤੇ ਤੁਸੀਂ ਦੇਖ ਹੀ ਲਈ ਆ ਅਤੇ ਹੁਣ ਮੈਂ ਚੱਲਾਂ ਵਾਂ ਘਰੇ। ਬਸ ਦੇਖ ਲਿਆ ਤੁਸੀਂ ਫਿਰ ਵਾਲ ਮੈਂ ਕਿੱਦਾਂ ਦੇ ਕਟਾਏ ਆ ਅਤੇ ਦੁਕਾਨ ਵੀ ਨਵੀਂ ਬਣਾਈ ਸੀ, ਮੇਰਾ ਦੋਸਤ ਹੈ ਉਹਨੇ ਬਣਾਈ ਹੈ ਨਵੀਂ ਦੁਕਾਨ ਅਤੇ ਉਹਦੇ ਕੋਲ ਕਟਾ ਕੇ ਆਇਆ ਅੱਜ ਮੈਂ ਵਾਲ ਅਤੇ ਜ਼ੁਕਾਮ ਹੋਇਆ ਆ, ਤੁਹਾਨੂੰ ਆਵਾਜ਼ ਵੀ ਮੇਰੀ ਭਾਰੀ ਲੱਗ ਰਹੀ ਹੋਣੀ। ਹੁਣ ਅਸੀਂ ਟੀ ਸੀ ਵਾਸਤੇ ਜਾ ਰਹੇ ਹਾਂ ਪਾਰਸਲ ਲਿਆਉਣ ਵਾਸਤੇ ਤਾਂ ਮੇਰੇ ਦੋ ਕਦਰ ਵੀ ਨਾਲ ਆਏ ਆ। ਆਹ ਦੇਖ ਲਓ ਤਾਂ ਭਾਈ ਡਰਾਈਵਿੰਗ ਕਰ ਰਹੇ ਆ। ਆ ਭਾਈ ਡਰਾਈਵਿੰਗ ਕਰਦੇ ਆ ਸਿੰਨੇ ਦੂਰੋਂ ਜਾ ਕੇ ਚੀਜ਼ ਲੈ ਕੇ ਤੇ ਮੈਂ ਆਪਣੀ ਲੈਣੀ ਤੇ ਫਿਰ ਅਸੀਂ ਚੱਲ ਜਾਣਾ ਘਰੇ। ਅਸਲਾਮ ਵਾਲੇਕੁਮ। ਟੀ ਸੀ ਐਸ ਦੇ ਦਫ਼ਤਰ ਕੋਲ ਅਸੀਂ ਰੁਕ ਗਏ ਆ ਅਤੇ ਭਾਈ ਗਏ ਆ ਪਾਰਸਲ ਲੈਣ ਵਾਸਤੇ। ਆਹ ਦੇਖੋ ਟੀ ਸੀ ਐਸ ਦੇ ਦਫ਼ਤਰ ਪਿੱਛੇ। ਆਹ ਦੇਖ ਲਓ ਜੀ ਪਾਰਸਲ ਮੈਕ ਦਰਾਜ਼ ਤੋਂ ਮੰਗਵਾਇਆ ਵਾ, ਲਿੰਕ ਡਿਸਕ੍ਰਿਪਸ਼ਨ ਵਿੱਚ। ਮੈਕ ਨਿਕਲਿਆ ਇਹਦੇ 'ਚੋਂ, ਦੇਖਦੇ ਹਾਂ ਹੁਣ ਕਿੱਦਾਂ ਦਾ ਵਾ, ਚੈੱਕ ਕਰਦੇ ਹਾਂ ਹੁਣੇ ਤੁਹਾਨੂੰ ਆਵਾਜ਼ ਚੈੱਕ ਕਰਾਉਂਦੇ ਹਾਂ। ਬਸ ਉਮੀਦ ਹੈ ਕਿ ਦਰਾਜ਼ ਵਾਲਿਆਂ ਨੇ ਅਸਲੀ ਭੇਜਤਾ ਹੋਵੇ, ਅਕਸਰ ਹੀ ਨਕਲੀ ਚੀਜ਼ ਭੇਜਦੇ ਹੁੰਦੇ ਆ। ਤਾਂ ਵੀ ਹੈਗੇ ਤਿੰਨ ਚੈੱਕ ਹੀ ਆ, ਆਇਆ ਤਾਂ ਉਹੀ ਜਿਹੜਾ ਮੰਗਵਾਇਆ ਸੀ। ਤਿੰਨ ਪਿੰਨਾਂ ਵਾਲਾ ਹੋਵੇ ਨਾ ਜਿਹੜਾ, ਉਹ ਮੋਬਾਈਲ 'ਚ ਲੱਗਦਾ ਹੁੰਦਾ ਵਾ, ਅਤੇ ਤਿੰਨ ਪਿੰਨਾਂ ਦਾ ਹੀ ਆ। ਇੱਥੇ ਹੁਣ ਦਿਸਣਾ ਨਹੀਂ, ਹਨੇਰਾ ਵਾ। ਆ ਦੇ ਚੈੱਕ ਕਰਾਉਂਦਾ ਵਾ ਤੁਹਾਨੂੰ ਲਾ ਕੇ ਮੈਕ। ਮੈਕ ਮੈਂ ਲਾ ਲਿਆ ਵਾ ਮੋਬਾਈਲ ਨਾਲ, ਹੁਣ ਚੈੱਕ ਕਰਦੇ ਹਾਂ ਦੀ ਆਡੀਓ। ਮੈਂ ਤਾਂ ਕੱਪੜਿਆਂ 'ਤੇ ਲਾ ਦੇਵਾਂ ਆਪਦੇ ਯਾਰ, ਇੱਥੇ ਲੱਗਣ ਨਹੀਂ ਹੁੰਦੇ ਯਾਰ। ਅਨਸਲਾਈ ਯਾਰ ਅੱਗੇ ਮੈਕ ਮੈਂ ਲਾ ਲਿਆ ਵਾ, ਤਾਂ ਹੁਣ ਆਵਾਜ਼ ਤੁਸੀਂ ਦੇਖ ਲਓ ਨਵੇਂ ਮੈਕ ਦੀ ਕਿੱਦਾਂ ਦੀ ਹੈ। ਭਾਈ ਰੁਕੇ ਆ, ਦਰਾ ਇਬਰਾਹਿਮ ਫਾਰਮੇਸੀ 'ਤੇ ਦਵਾਈ ਲੈਣ ਗਏ ਆ, ਬਸ ਲੈ ਕੇ ਫਿਰ ਅਸੀਂ ਚੱਲਦੇ ਹਾਂ ਘਰ ਨੂੰ। ਭਾਈ ਪਾਰਸਲ ਲੈਣ ਆਏ ਸੀ ਅਤੇ ਅਸੀਂ ਸੈਰ ਕਰਨ ਆਏ ਸੀ। ਅੱਲਾ ਹਾਫਿਜ਼। ਕੋਈ ਠੰਡ ਹੈਗੀ ਆ ਅਤੇ ਕੋਈ ਧੁੱਪ ਨਿਕਲੀ ਹੋਈ ਆ, ਬਿਲਕੁਲ ਸਕੂਨ ਦਾ ਮੌਸਮ ਆ। ਲਓ ਜੀ ਪਹੁੰਚ ਗਏ ਅਸੀਂ ਘਰੇ ਮੈਕ ਲੈ ਕੇ। ਅਸਲਾਮ ਵਾਲੇਕੁਮ। ਮੈਂ ਵੀ ਨਾ ਲਿਆ ਵਾ ਅਤੇ ਭਾਈ ਵੀ ਤਿਆਰ ਹੋ ਗਏ, ਅਤੇ ਹੁਣ ਅਸੀਂ 55 ਵਿੱਚ ਚੱਲੇ ਹਾਂ ਤਕਰੀਰ ਰਿਕਾਰਡ ਕਰਨ ਵਾਸਤੇ। ਪਹੁੰਚ ਗਿਆ ਸੀ ਮਸਜਿਦ ਕੋਲ, ਅਜ਼ਾਨ ਹੋ ਜਾਂਦੀ ਬਸ। ਜੁਮਾ ਪੜ੍ਹ ਲਿਆ ਵਾ, ਅਸੀਂ ਹੁਣ ਖਾਣਾ ਖਾਣ ਜਾ ਰਹੇ ਹਾਂ ਕਾਜ ਸਾਹਿਬ ਨਾਲ। ਖਾਣਾ ਖਾ ਲਿਆ ਵਾ ਕਾਜ ਸਾਹਿਬ ਕੋਲੋਂ ਅਸੀਂ ਹੁਣ, ਅਤੇ ਚੱਲੇ ਹਾਂ ਬਸ ਘਰੇ। ਅਸਲਾਮ ਵਾਲੇਕੁਮ। ਮੈਂ ਸ਼ਹਿਰ ਜਾ ਰਿਹਾ ਵਾ ਭਾਈ ਨਾਲ, ਭਾਈ ਦੇ ਕੰਪਿਊਟਰ 'ਤੇ ਵਿੰਡੋ ਕਰਨੀ ਸੀਗੀ ਕਿਉਂਕਿ ਉਹ ਥੋੜ੍ਹੇ ਬਿਜ਼ੀ ਸੀਗੇ। ਅੱਜ ਠੰਡ ਕਾਫੀ ਹੈ, ਮੈਂ ਜਰਸੀ ਵੀ ਪਾਈ ਹੋਈ ਆ ਅਤੇ ਬੂਟ ਵੀ ਪਾਏ ਹੋਏ ਆ, ਦੇਖ ਲਓ। ਅਤੇ ਜਾ ਰਹੇ ਹਾਂ ਹੁਣ ਸ਼ਹਿਰ ਅਸੀਂ। ਲਓ ਜੀ ਪਹੁੰਚ ਗਏ ਅਸੀਂ। ਇੱਥੇ ਬਿਲਕੁਲ ਹਨੇਰਾ ਵਾ, ਲਾਈਟਾਂ ਚਲਾਉਣੀਆਂ ਪੈਣੀਆਂ ਹੁਣ।
ਪਤਾ ਨਹੀਂ ਇੱਥੇ ਲਾਈਟ ਲੱਗੀ ਵੀ ਹੈ ਕਿ ਨਹੀਂ ਕੋਈ ਲਾਈਟ ਕੋਈ ਨਹੀਂ ਹੈਗੀ ਇੱਥੇ ਭਲਾ ਆਹ ਪਿਆ ਵਾ ਬਾਈ ਦਾ ਸਿਸਟਮ ਇਹਦੀ ਕਰ ਲੱਗਾ ਵਿੰਡੋ ਮੈਂ i5 ਸੈਕਿੰਡ ਜਨਰੇਸ਼ਨ ਹੈ ਅਸਲਾਮ ਵਾਲੇਕੁਮ ਵਿੰਡੋ ਹੋ ਰਹੀ ਹੈ ਹਜੇ ਤੱਕ ਅਤੇ ਮੈਂ ਆਪਣਾ ਲੈਪਟੋਪ ਨਾਲ ਲੈ ਕੇ ਆਇਆ ਸੀਗਾ ਕਿ ਵਿੰਡੋ ਹੁਣ ਤਕਰੀਬਨ ਅੱਧਾ ਘੰਟਾ ਲੱਗ ਜਾਂਦਾ ਹੁੰਦਾ ਵਾ ਅਤੇ ਮੈਂ ਫਿਰ ਲੈਪਟੋਪ ਨਾਲ ਲੈ ਕੇ ਆਇਆ ਕੰਮ ਕਰਨ ਵਾਸਤੇ ਪਰ ਖਾਂਸੀ ਅਤੇ ਜ਼ੁਕਾਮ ਦੀ ਵਜ੍ਹਾ ਤੋਂ ਜ਼ਿਆਦਾ ਕੰਮ ਨਹੀਂ ਕੀਤਾ ਗਿਆ ਜੀ ਫਿਰ ਵੀ ਆਪਣੀ ਕੋਸ਼ਿਸ਼ ਜਾਰੀ ਹੈ ਹਫ਼ਤੇ ਦੀ ਹਫ਼ਤੇ ਕਰ ਰਹੇ ਹਾਂ ਵਲੋਗ ਅਪਲੋਡ ਕਨਵਰਟ ਮੈਂ ਲਾ ਦਿੱਤੀ ਹੈ ਚਾਰਜਰ ਇਹਦਾ ਬੈਗ ਵਿੱਚ ਪਿਆ ਵਾ ਅਤੇ ਉਹ ਲਾ ਦਈਏ ਨਹੀਂ ਤਾਂ ਜਲਦੀ ਬੰਦ ਹੋ ਜਾਣਾ ਇਹਨੇ ਕਨਵਰਟ ਲੱਗੀ ਹੋਵੇ ਬੈਟਰੀ ਬੜੀ ਜਲਦੀ ਡਾਊਨ ਹੁੰਦੀ ਲੈਪਟੋਪ ਦੀ ਚੱਲ ਪਿਆ ਕਿ ਨਹੀਂ ਚੱਲ ਪਿਆ ਬਾਈ ਚੱਲ ਪੀ ਲੈ ਹੁਣ ਲੱਗ ਪਿਆ ਬਾਈ ਚਾਰਜ ਵੀ ਲੈ ਅਸਲਾਮ ਵਾਲੇਕੁਮ ਮੈਨੂੰ ਉਮੀਦ ਹੈ ਤੁਹਾਨੂੰ ਇਹ ਰੈਂਡਮ ਵਲੌਗ ਪਸੰਦ ਆਇਆ ਹੋਊਗਾ ਅੱਜ ਮੈਂ ਜ਼ਿਆਦਾ ਸਟੋਰੀ ਵਗੈਰਾ ਨਹੀਂ ਬਣਾ ਸਕਿਆ ਇਹਦੇ ਵਿੱਚ ਕਿਉਂਕਿ ਮੇਰੀ ਤਬੀਅਤ ਖਰਾਬ ਹੈ ਅਤੇ ਆਵਾਜ਼ ਦੇਖ ਸਕਦੇ ਕਿੰਨੀ ਭਾਰੀ ਆ ਰਹੀ ਹੈ ਨਾ ਮੈਂ ਵੀਡੀਓ ਸਹੀ ਤਰ੍ਹਾਂ ਬਣਾ ਸਕਿਆ ਨਾ ਹੀ ਨਹੀਂ ਐਡਿਟ ਕੀਤੀ ਗਈ ਮੇਰੇ ਕੋਲ ਅੱਲਾ ਹਾਫਿਜ਼